ਕੌਮ ਵੱਲੋਂ ਠੇਕੇਦਾਰੀ ਸਿਸਟਮ ਅਧੀਨ ਰੱਖੇ ਗਏ ਕੱਚੇ ਮੁਲਾਜ਼ਮਾਂ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਹਲਕਾ ਵਿਧਾਇਕ ਆਦਮਪੁਰ ਪਵਨ ਕੁਮਾਰ ਟੀਨੂ ਨਾਲ ਮੁਲਾਕਾਤ ਕੀਤੀ, ਜਿੱਥੇ ਉਹਨਾਂ ਦੱਸਿਆ ਕਿ ਮੁਲਾਜ਼ਮਾਂ ਦੇ ਐਗਰੀਮੈਂਟ ਮੁਤਾਬਕ ਤਨਖਾਹ ਨਹੀਂ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਹਨਾਂ ਨੂੰ ਸਿਰਫ 9,000 ਦੇ ਕਰੀਬ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਕਰੀਬ 1637 ਰੁਪਏ PF ਅਤੇ ECH ਦੇ ਨਾਂ 'ਤੇ ਕੱਟੇ ਜਾਣ ਦੇ ਬਾਅਦ ਵੀ ਉਹਨਾਂ ਨੂੰ ਕਰੀਬ 4800 ਰੁਪਏ ਕੱਟ ਦਿੱਤੇ ਜਾ ਰਹੇ ਹਨ। ਜੇਕਰ ਕੋਈ ਮੁਲਾਜ਼ਮ ਛੁੱਟੀ ਕਰਦਾ ਹੈ ਤਾਂ ਕਰੀਬ 800 ਰੁਪਏ ਕੱਟੇ ਜਾਂਦੇ ਹਨ। ਉਹਨਾਂ ਦਾਅਵਾ ਕੀਤਾ ਕਿ ਉਹ ਹਰ ਰੋਜ਼ 16 ਘੰਟੇ ਦੇ ਕਰੀਬ ਕੰਮ ਕਰ ਰਹੇ ਹਨ ਅਤੇ ਲੋਕਾਂ ਨੂੰ ਬਿਜਲੀ ਸੁਚਾਰੂ ਜਾਰੀ ਰੱਖਣ ਲਈ ਆਪਣੀ ਕਿੱਟ ਅਤੇ ਪੈਟਰੋਲ ਦੀ ਵਰਤੋਂ ਵੀ ਖੁਦ ਹੀ ਕਰਦੇ ਹਨ। ਹਲਕਾ ਵਿਧਾਇਕ ਨੇ ਉਹਨਾਂ ਨੂੰ ਯਕੀਨ ਦਵਾਇਆ ਕਿ ਉਹ ਜਲਦ ਹੀ ਡਿਪਟੀ ਕਮਿਸ਼ਨਰ ਜਲੰਧਰ, ਪਾਵਰਕੌਮ ਦੇ ਚੀਫ ਇੰਜੀਨੀਅਰ ਨਾਲ ਗੱਲ ਕਰਕੇ ਉਪਰੰਤ ਆਉਂਦੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਹਨਾਂ ਨੂੰ ਪੱਕੇ ਕਰਨ ਜਾਂ ਘੱਟੋ ਘੱਟ 25,000 ਰੁਪਏ ਤਨਖਾਹ ਦੇਣ ਦਾ ਮੁੱਦਾ ਚੁੱਕਣਗੇ।